ਐਨਆਰਸੀ ਸੀਏਏ ਦਾ ਵਿਰੋਧ ਪੂਰੇ ਭਾਰਤ ਵਿੱਚ ਚੱਲ ਰਿਹਾ। ਉੱਥੇ ਹੀ ਮੋਗਾ ਵਿੱਚ ਵੀ ਮੁਸਲਿਮ ਭਾਈਚਾਰੇ ਵੱਲੋਂ ਰੋਸ ਮਾਰਚ ਕੱਢਿਆ ਗਿਆ। ਸਰਕਾਰ ਵੱਲੋਂ ਐਨਆਰਸੀ ਤੇ ਸੀਏਏ ਲਿਆਂਦੇ ਨਵੇਂ ਕਾਨੂੰਨਾਂ ਦੇ ਵਿਰੋਧ ਵਿੱਚ ਪੂਰੇ ਭਾਰਤ ਦੇਸ਼ ਵਿੱਚ ਧਰਨੇ ਤੇ ਰੋਸ ਮੁਜ਼ਾਹਰੇ ਹੋ ਰਹੇ ਨੇ। ਇਹਨਾਂ ਕਾਨੂੰਨਾਂ ਨੂੰ ਲੈ ਕੇ ਹੀ ਮੋਗਾ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਵੀ ਰੋਸ ਮਾਰਚ ਕੱਢਿਆ ਗਿਆ। ਇਸ ਵਿੱਚ ਹਿੰਦੂ ਤੇ ਸਿੱਖ ਜਥੇਬੰਦੀਆਂ ਵੀ ਨਜ਼ਰ ਆਈਆਂ। ਇਸ ਸੰਬੰਧੀ ਪ੍ਰਦਰਸ਼ਨ ਕਰ ਰਹੇ ਸਰਫਰੋਜ਼ ਅਲੀ ਦਾ ਕਹਿਣਾ ਸੀ ਕਿ ਸਾਡੇ ਨਾਲ ਹਿੰਦੂ ਵੀਰ ਤੇ ਸਿੱਖ ਜਥੇਬੰਦੀਆਂ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ ਤੇ ਅਸੀਂ ਇਸ ਭਾਈਚਾਰਕ ਸਾਂਝ ਦੀ ਦਿਲੋਂ ਕਦਰ ਵੀ ਕਰਦੇ ਹਾਂ। ਪਰ ਜੋ ਮੋਦੀ ਕਾਲੇ ਕਾਨੂੰਨ ਨੂੰ ਲੈ ਕੇ ਆਇਆ ਹੈ ਉਸ ਨੂੰ ਵਾਪਸ ਲਿਆ ਜਾਵੇ ਜਾਂ ਫਿਰ ਉਸ ਵਿੱਚ ਮੁਸਲਮਾਨਾਂ ਨੂੰ ਵੀ ਜੋੜਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਨਹੀਂ ਹੋਇਆ ਤਾਂ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ। ਅੱਜ ਅਸੀਂ ਜਿਵੇਂ ਕਿ ਐਨਆਰਸੀ ਤੇ ਸੀਏਏ ਦਾ ਵਿਰੋਧ ਪੂਰੇ ਹਿੰਦੁਸਤਾਨ 'ਚ ਚੱਲ ਰਿਹਾ ਅਤੇ ਬੜਾ ਹੀ ਪੀਸਫੁੱਲੀ ਅਮਨੋ ਅਮਾਨ ਨਾਲ ਚੱਲ ਰਿਹਾ ਅਤੇ ਜੋ ਵੀ ਜਿੱਥੇ ਵਾਇਲੈਂਸ ਦਾ ਜੋ ਜਿੱਥੋਂ ਖਬਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਭਰਾਵਾਂ ਰਾਹੀਂ ਸਾਰੇ ਇੰਡੀਆ ਦੇ ਭਾਈਚਾਰਿਆਂ ਨੂੰ ਪਤਾ ਲੱਗ ਰਿਹਾ ਕਿ ਉਹ ਕੌਣ ਕਰਵਾ ਰਿਹਾ ਹੈ। ਇਸੇ ਵਿੱਚ ਸਾਡੇ ਪੰਜਾਬ ਵਿੱਚ ਲੁਧਿਆਣੇ ਮਲੇਰਕੋਟਲੇ ਵੱਖ ਵੱਖ ਜ਼ਿਲ੍ਹਿਆਂ 'ਚ ਇਹ ਰੋਸ ਪ੍ਰਦਰਸ਼ਨ ਚੱਲ ਰਹੇ ਸੀ ਅਤੇ ਅੱਜ ਅਸੀਂ ਇਹ ਜੋ ਹੁੰਮ ਹਮਾਉਂਦਾ ਹੋਇਆ ਤੁਸੀਂ ਇਕੱਠ ਦੇਖਿਆ ਇਹ ਮੋਗੇ ਜ਼ਿਲ੍ਹੇ ਦੇ ਆਸੇ ਪਾਸੇ ਸਾਰੇ ਪਿੰਡਾਂ 'ਚੋਂ ਮੋਗੇ ਸ਼ਹਿਰ ਵਿੱਚ ਵੱਸਦੇ ਮੁਸਲਿਮ ਭਾਈਚਾਰੇ ਅਤੇ ਉਸ ਦੇ ਨਾਲ ਨਾਲ ਸਾਡੇ ਹਿੰਦੂ ਭਰਾਵਾਂ ਦੀਆਂ ਜਥੇਬੰਦੀਆਂ ਸਾਡੇ ਸਿੱਖ ਭਰਾਵਾਂ ਦੀਆਂ ਜਥੇਬੰਦੀਆਂ ਸਾਰਿਆਂ ਨੇ ਅਸੀਂ ਇਕੱਠੇ ਹੋ ਕੇ ਮੇਨ ਬਾਜ਼ਾਰ 'ਚੋਂ ਚੱਲਦੇ ਹੋਏ ਸ਼ਾਂਤੀਪੂਰਵਕ ਅਮਨੋ ਅਮਾਨ ਨਾਲ ਇਹ ਜਿਹੜਾ ਪ੍ਰੋਟੈਸਟ ਹੈਗਾ ਇਹ ਪ੍ਰਦਰਸ਼ਨ ਅਸੀਂ ਕੀਤਾ ਹੈਗਾ ਅਤੇ ਹੁਣ ਅਸੀਂ ਬਹਿ ਕੇ ਸਾਰਿਆਂ ਨੇ ਵਿਚਾਰ ਵਟਾਂਦਰਾ ਕਰਕੇ ਅਸੀਂ ਸਾਡੇ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਆਪਣਾ ਮੈਮੋਰੈਂਡਮ ਮੋਗਾ ਦੇ ਮਾਣਯੋਗ ਡੀ ਸੀ ਸਾਹਿਬ ਦੇ ਨੁਮਾਇੰਦੇ ਨੂੰ ਦੇ ਕੇ ਅਸੀਂ ਆਪਦਾ ਰੋਸ ਪ੍ਰਗਟ ਕੀਤਾ ਹੈ। ਦੇਖੋ ਜੀ ਜਿਹੜਾ ਐਨਆਰਸੀ ਹੈ ਇਹ ਹੈ ਜੀ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਆਫ ਇੰਡੀਆ। ਦੂਸਰਾ ਜਿਹੜਾ ਸੀਏਏ ਹੈਗਾ ਇਹ ਹੈ ਜੀ ਸਿਟੀਜ਼ਨ ਅਮੈਂਡਮੈਂਟ ਐਕਟ। ਜੇ ਐਨਆਰਸੀ ਦੇਖੀਏ ਐਨਆਰਸੀ ਤੋਂ ਕਿਸੇ ਨੂੰ ਵੀ ਕੋਈ ਡਰਨ ਦੀ ਲੋੜ ਨਹੀਂ ਹੈ। ਜਿਹੜੀ ਡਰਨ ਦੀ ਲੋੜ ਹੈ ਉਹ ਹੈ ਜੀ ਸਿਟੀਜ਼ਨ ਅਮੈਂਡਮੈਂਟ ਐਕਟ। ਉਹ ਕੀ ਕਹਿੰਦਾ? ਉਹ ਕਹਿੰਦਾ ਜੀ ਆਪਣੇ ਦੇਸ਼ ਵਿੱਚ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ 'ਚੋਂ ਜਿੰਨੇ ਵੀ ਘੁਸਪੈਠੀਏ ਆਏ ਆ, ਮੈਨੂੰ ਮਾਫ਼ ਕਰਨਾ ਭਰਾਵੋ ਮੈਂ ਘੁਸਪੈਠੀਆ ਕਹਿ ਰਿਹਾ ਕਿਉਂਕਿ ਉਹ ਸਾਡੇ ਦੇਸ਼ ਦੇ ਲੋਕ ਨਹੀਂ ਹੈ, ਉਹ ਚਾਹੇ ਅਸਮ ਵਿੱਚ ਆ ਚਾਹੇ ਪੰਜਾਬ ਵਿੱਚ ਆ, ਸਾਡੇ ਦੇਸ਼ ਦੀਆਂ 29 ਸਟੇਟਾਂ ਵਿੱਚ ਜਿੱਥੇ ਜਿੱਥੇ ਉਹ ਲੋਕ ਨੇ ਉਹਨਾਂ 'ਚ ਇਹ ਐਕਟ ਮੋਦੀ ਸਾਹਿਬ ਦਾ ਜਿਹੜਾ ਲਿਆਇਆ ਗਿਆ ਕੀ ਕਹਿੰਦਾ? ਕਹਿੰਦਾ ਜੀ 6 ਧਰਮਾਂ ਨੂੰ ਛੱਡ ਕੇ ਜਿਹਦੇ ਵਿੱਚ ਹਿੰਦੂ ਸਿੱਖ ਭਾਈਚਾਰਾ ਪਾਰਸੀ ਬੁੱਧਿਸਟ ਕ੍ਰਿਸਚਨ ਇਹਨਾਂ ਸਾਰਿਆਂ 'ਚੋਂ ਮੁਸਲਮਾਨਾਂ ਨੂੰ ਅੱਡ ਛੱਡਿਆ ਗਿਆ ਹੈ। ਅਤੇ ਦੇਖਣ ਵਾਲੀ ਗੱਲ ਹੈ ਵੀਰ ਜੀ ਜਦੋਂ ਕਿ ਸਾਡਾ ਸੰਵਿਧਾਨ ਧਰਮ ਦੇ ਆਧਾਰ 'ਤੇ ਨਹੀਂ ਬਣਿਆ, ਸਾਡਾ ਸੰਵਿਧਾਨ ਜਿਹੜਾ ਹੈਗਾ ਸੈਕੂਲਰ ਲੋਕਾਂ ਵਾਸਤੇ ਬਣਿਆ ਹੈਗਾ। ਸਾਡਾ ਸੰਵਿਧਾਨ ਦਾ ਪ੍ਰੈਂਬਲ ਹੀ ਕਹਿੰਦਾ ਵੀ ਦਾ ਪੀਪਲ ਆਫ ਇੰਡੀਆ। ਇਹ ਜਿਹੜਾ ਹੁਣ ਕਾਲਾ ਕਾਨੂੰਨ ਮੋਦੀ ਜੀ ਲਿਆਏ ਆ ਇਹ ਤਾਂ ਅਸੀਂ ਇਹਦੀ ਬਿਲਕੁਲ ਮੁਖਾਲਫਤ ਕਰਦੇ ਹਾਂ। ਜਦੋਂ ਅਸੀਂ ਇਹਨੂੰ ਐਨਆਰਸੀ ਨਾਲ ਜੋੜਾਂਗੇ ਪੂਰੇ ਇੰਡੀਆ 'ਚ ਮੈਨੂੰ ਪੂਰਾ ਯਕੀਨ ਹੈ ਕਿ 50% ਲੋਕ ਵੀ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਉਹ ਐਨਆਰਸੀ ਲਿਸਟ 'ਚੋਂ ਬਾਹਰ ਹੋ ਜਾਣਗੇ। ਕਿਉਂਕਿ ਉਹਦੇ ਵਿੱਚ ਅਸਾਮ ਵਿੱਚ ਇਹਨਾਂ ਨੇ ਕੀ ਕੀਤਾ? ਨਾ ਤਾਂ ਆਧਾਰ ਕਾਰਡ ਮੰਨਿਆ, ਨਾ ਵੋਟਰ ਕਾਰਡ ਮੰਨਿਆ, ਨਾ ਹੀ ਰਾਸ਼ਨ ਕਾਰਡ ਮੰਨਿਆ। ਕੀ ਕਹਿੰਦੇ ਜੀ?
1970 ਤੋਂ ਪਹਿਲਾਂ ਦਾ ਕੋਈ ਪਰੂਫ ਲਿਆਓ, ਦੱਸੋ ਇੰਨੇ ਪੁਰਾਣੇ ਪਰੂਫ ਅਸੀਂ ਕਿੱਥੋਂ ਲਿਆਵਾਂਗੇ। ਅੱਛਾ ਚਲੋ ਅੱਧਾ ਦੇਸ਼ ਤਾਂ ਇਹਦੇ 'ਚੋਂ ਨਿਕਲ ਗਿਆ, ਫਿਰ ਖਤਰਾ ਕੀ? ਖਤਰਾ ਇਹ ਵੀ ਹਿੰਦੂ ਭਾਈਚਾਰਾ ਵਾਪਸ ਸਿਟੀਜ਼ਨ ਬਣ ਸਕਦਾ, ਸਿੱਖ ਭਾਈਚਾਰਾ ਵਾਪਸ ਸਿਟੀਜ਼ਨ ਬਣ ਸਕਦਾ। ਸਾਰੇ ਧਰਮਾਂ 'ਚੋਂ ਸਿਰਫ ਮੁਸਲਮਾਨ ਭਾਈਚਾਰੇ ਨੂੰ ਬਾਹਰ ਛੱਡ ਕੇ ਅਸੀਂ ਕਹਿ ਰਹੇ ਜੀ ਮੁਸਲਮਾਨ ਤੁਸੀਂ ਆਪਦੇ ਦੇਸ਼ 'ਚ ਜਾਓ। ਕਿਉਂ ਬਈ, ਕਿਹੜੇ ਦੇਸ਼ ਵਿੱਚ ਜਾਈਏ ਅਸੀਂ? ਸਾਰੀ ਉਮਰ ਹੋ ਗਈ ਸਾਡੇ ਬਜ਼ੁਰਗਾਂ ਨੂੰ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਲੜੀ, 71 ਦੀ ਜੰਗ ਲੜੀ, ਅੱਜ ਵੀ ਅਸੀਂ ਪਾਕਿਸਤਾਨ ਨੂੰ ਗਾਲਾਂ ਕੱਢਦੇ ਹਾਂ, ਉਹ ਸਾਡੇ ਦੇਸ਼ ਦੇ ਵਿਰੋਧ ਵਿੱਚ ਹੈ। ਇਸੇ ਕਰਕੇ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ। ਦੇਖੋ ਜੀ, ਕੇਂਦਰ ਸਰਕਾਰ ਦੇ ਕੋਲ ਕੋਈ ਹੁਣ ਕੋਈ ਉਪਾਅ ਨਹੀਂ ਹੈਗਾ, ਉਹਨਾਂ ਕੋਲ ਹੁਣ ਨਾ ਤਾਂ ਕੋਈ ਆਈਡੀਆ ਆ ਰਿਹਾ। ਹੁਣ ਜਿਵੇਂ ਪਿਛਲੇ ਦਿਨੀ ਮੋਦੀ ਜੀ ਨੇ ਸਾਰਿਆਂ ਨੂੰ ਰੈਲੀ ਵਿੱਚ ਕਹਿਤਾ ਕਿ ਮੈਂ ਤਾਂ NRC ਕਰਾਉਣ ਨੂੰ ਨਹੀਂ ਕਿਹਾ, ਅਸੀਂ ਤਾਂ ਇਹਦਾ ਕੋਈ ਹਜੇ ਪਲੈਨ ਹੀ ਨਹੀਂ ਕੀਤਾ। ਜਦੋਂ ਕਿ ਪਾਰਲੀਮੈਂਟ ਵਿੱਚ ਅਮਿਤ ਸ਼ਾਹ ਜੀ ਨੇ ਜਿਹੜੇ ਟੇਬਲ ਸੀ ਨਾ, ਕਿ ਉਹ ਥਾਪੜ ਥੱਪ ਕੇ ਕਿਹਾ ਮੈਂ ਤਾਂ ਜੀ NRC ਲਾਗੂ ਕਰੂੰਗਾ, NRC ਤੋਂ ਪਹਿਲਾਂ ਮੈਂ CA ਲਾਗੂ ਕਰੂੰਗਾ। ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਇਹ ਜਿਹੜਾ ਪ੍ਰਦਰਸ਼ਨ ਆ ਇਸੇ ਤਰ੍ਹਾਂ ਹੀ ਪੂਰੇ ਇੰਡੀਆ ਵਿੱਚ ਜਾਰੀ ਹੋਊਗਾ। ਹਾਂਜੀ, ਦੇਖੋ ਜੀ, ਅੱਜ ਜਿਹੜਾ ਮੋਗੇ ਸ਼ਹਿਰ ਦੇ ਵਿੱਚ ਹੋਸਪਿਟਲ ਨੂੰ ਕੀਤਾ ਗਿਆ ਵਾ, ਬਹੁਤ ਹੀ ਸ਼ਾਂਤਮਈ ਢੰਗ ਨਾਲ ਕੀਤਾ ਗਿਆ। ਇਸ ਵਿੱਚ ਸਾਰੇ ਹੀ ਜਥੇਬੰਦੀਆਂ, ਸਿੱਖ ਭਾਈਚਾਰਾ, ਮੁਸਲਿਮ ਭਾਈਚਾਰਾ, ਸਾਡੇ ਦਲਿਤ ਭਾਈਚਾਰਾ, ਹਿੰਦੂ ਭਾਈਚਾਰਾ, ਸਭ ਨੇ ਸਾਡਾ ਸਾਥ ਦਿੱਤਾ। ਅਸੀਂ ਸ਼ਹਿਰ ਵਾਸੀਆਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼ਾਂਤੀਪੂਰਵਕ ਸਾਡੇ ਨਾਲ, ਜਿੰਨੇ ਵੀ ਜਥੇਬੰਦੀ ਸਾਡੇ ਨਾਲ ਤੁਰੀਆਂ ਵਾ, ਸ਼ਾਂਤੀਮਈ ਢੰਗ ਨਾਲ ਅਸੀਂ ਮੇਨ ਬਾਜ਼ਾਰ 'ਚ ਹੁੰਦੇ ਹੋਏ ਆਪਣਾ ਬੱਸ ਸਟੈਂਡ ਦੇ ਮੂਹਰੇ ਚੌਂਕ ਦੇ ਵਿੱਚ ਆ ਕੇ ਅਸੀਂ ਆਪਣਾ ਰੋਸ ਮਾਰਚ ਖਤਮ ਕੀਤਾ। ਅਤੇ ਸਾਡਾ ਰੋਸ ਮਾਰਚ, ਅਸੀਂ ਮੰਗ ਕਰਦੇ ਹਾਂ ਕਿ ਜੋ ਕਾਲਾ ਕਾਨੂੰਨ ਹਿੰਦੁਸਤਾਨ ਦੀ ਕੇਂਦਰ ਸਰਕਾਰ ਨੇ ਲਾਗੂ ਕੀਤਾ ਵਾ, ਇਹਨੂੰ ਵਾਪਸ ਕੀਤਾ ਜਾਵੇ, ਜਾਂ ਇਹਦੇ ਵਿੱਚ ਸਾਡਾ ਮੁਸਲਿਮ ਧਰਮ ਜਿਹਨੂੰ ਬਾਹਰ ਕੱਢਿਆ ਗਿਆ ਵਾ, ਉਸ ਨੂੰ ਵਿੱਚ ਨਾਲ ਜੋੜਿਆ ਜਾਵੇ। ਰੰਗਲਾ TV ਲਈ ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ।